ਪਟਿਆਲਾ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਨਵੇਂ ਉਪਰਾਲੇ ਕੀਤੇ ਨੇ। ਇਸੇ ਤਹਿਤ ਹੀ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਚਲਾਨ ਉਸ ਦੇ ਘਰ ਭੇਜਣ ਦੀ ਵਿਵਸਥਾ ਕਰ ਰਹੀ ਹੈ। ਇਸ ਲੜੀ ਤਹਿਤ ਪੁਲਿਸ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਇੱਕੋ ਥਾਂ ਤੇ ਮਾਨੀਟਰਿੰਗ ਦੀ ਵਿਵਸਥਾ ਕਰੇਗੀ। ਪਟਿਆਲਾ ਟ੍ਰੈਫਿਕ ਪੁਲਿਸ ਦੀ ਐਸਪੀ ਕਮਰਦੀਪ ਕੌਰ ਨੇ ਕਿਹਾ ਕਿ ਸੀਸੀਟੀਵੀ ਜ਼ਰੀਏ ਮਾਨੀਟਰਿੰਗ ਸੌਖੇ ਤਰੀਕੇ ਹੋਵੇਗੀ ਅਤੇ ਇਸੇ ਆਧਾਰ ਤੇ ਹੀ ਡਾਟਾ ਕਲੈਕਟ ਕਰਕੇ ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਰਨ ਵਾਲਿਆਂ ਨੂੰ ਚਲਾਨ ਘਰੇ ਭੇਜੇ ਜਾਣਗੇ।